मैं तुहानूं की दसा जी, पहली मुलाकात सी साडी इंडियन सिख कम्यूनिटी दे लीडर मिले और इदा सानू मिल के गए सर जिदा एक परिवारक मैंबर सी। जो लोग कहिंदे आ ਉਹ ਬਿਲਕੁਲ ਗਲਤ ਹੈ। ਅਸੀਂ ਜੋ ਦੇਖਿਆ ਇੱਕ ਪਰਿਵਾਰ ਦੇ ਮੈਂਬਰਾਂ ਵਾਂਗੂ ਸਾਡੇ ਪਰਿਵਾਰ ਦੇ ਜੀਆਂ ਦਾ ਇਟਲੀ ਦੀ ਸਿੱਖ ਕਮਿਊਨਿਟੀ ਬਾਰੇ ਇਕੱਲੇ ਇਕੱਲੇ ਉਹਨਾਂ ਨੇ ਪ੍ਰੋਵਿੰਸੇ ਬਾਰੇ ਪੁੱਛਿਆ ਕਿਸ ਤਰ੍ਹਾਂ ਸਿੱਖ ਕਮਿਊਨਿਟੀ ਰਹਿ ਰਹੀ ਹੈ, ਕਿੰਨੀ ਕਮਿਊਨਿਟੀ ਹੈ ਇੱਥੇ। ਔਰ ਸਾਨੂੰ ਉਹਨਾਂ ਭਰੋਸਾ ਵੀ ਦਿੱਤਾ ਵੀ ਜੇ ਕੋਈ ਪ੍ਰੋਬਲਮ ਹੈ ਤਾਂ ਦੱਸੋ। ਤਾਂ ਅਸੀਂ ਆਪਣੀਆਂ ਕੁਝ ਵਿਚਾਰਾਂ ਦੱਸੀਆਂ ਔਰ ਬੜੇ ਖੁਸ਼ ਸੀ। ਅਸੀਂ ਚਾਹੁੰਦੇ ਹਾਂ ਅੱਗੇ ਤੋਂ ਵੀ ਆਉਂਦੇ ਜਾਂਦੇ ਰਹਿਣ। ਨਰਿੰਦਰ ਮੋਦੀ ਜੀ ਜਿੰਦਾਬਾਦ। खड़े रहेंगत न ਸਿਰਫ ਇਹ ਵਿਖਾਇਆ ਵੀ ਅਸੀਂ ਹੈਗੇ ਆ ਕਿ
ਇਟਲੀ ਦੇ ਸਿੱਖ ਜਾਂ ਇਟਲੀ ਦੇ ਇੰਡੀਅਨ ਲੋਕ ਨੇ ਜਿਹੜੇ ਭਾਰਤੀ ਨੇ ਉਹ ਮਰੇ ਨਹੀਂ ਹੈਗੇ, ਉਹਨਾਂ ਦੀ ਜ਼ਮੀਨ ਜਾਗਦੀ ਹੈ। ਆਪਾਂ ਸਿਰਫ ਇਹ ਵਿਖਾਉਣ ਵਾਸਤੇ ਇੱਥੇ ਇਕੱਠੇ ਹੋਏ ਸਾਂ ਤੁਹਾਡੇ ਭਰਾਵਾਂ ਦਾ। ਜੇ ਮੈਂ ਪੈਰੀ ਹੱਥ ਲਾ ਕੇ ਵੀ ਧੰਨਵਾਦ ਕਰਾਂ ਤਾਂ ਮੈਂ ਨਹੀਂ ਕਰ ਸਕਦਾ, ਕਿਉਂਕਿ ਤੁਸੀਂ ਸਾਰੇ ਵੀਰ ਦੂਰੋਂ ਦੂਰੋਂ ਆਏ ਹੋ। ਮੈਨੂੰ ਪਤਾ ਰੋਮਾਂ ਦੀ ਸੰਗਤ ਬਹੁਤ ਘੱਟ ਨੇ ਇੱਥੇ। ਸਾਰੇ ਭਰਾ ਕੋਈ ਸੁਜਾਰੇ ਤੋਂ ਆਇਆ, ਕੋਈ ਵਿਰੋਨਾ ਤੋਂ ਆਇਆ, ਕੋਈ ਮਾਨ ਤੋਂ ਆ, ਬੈਰਗਮ ਬ੍ਰੇਸ਼ੀਆ ਤੋਂ, ਕੋਈ ਹੋਰ ਵੀ ਦੂਰੋਂ ਦੂਰੋਂ ਆਇਆ। ਮੇਰੇ ਭਰਾ ਸਾਰੇ ਸਾਨੂੰ ਮਿਲੇ ਆ। ਸੋ ਤੁਹਾਡੇ ਸਾਰੇ ਭਰਾਵਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਆਪਣਾ ਕੱਲ ਨੂੰ ਇੱਥੇ ਜਿਹੜੇ ਆਪਣੇ ਕੱਲ ਨੂੰ ਇੱਥੇ ਹੀ ਆਪਣੇ ਜਿਹੜੇ ਕਸ਼ਮੀਰ ਦੇ ਭਰਾ ਨੇ, ਕਿਉਂਕਿ ਭਰਾ ਆਪਾਂ ਇਹ ਕਹਿ ਰਹੇ ਹਾਂ ਵੀ ਆਪਣਾ ਇਹ ਨਹੀਂ ਵੀ ਆਪਣਾ ਕੋਈ ਗਲਤ ਜਥੇਬੰਦੀ ਦੇ ਨਾਲ ਜਾਂ ਗਲਤ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਦੇ ਨਾਲ ਆਪਣਾ ਨਾਂ ਜੋੜਿਆ ਜਾਏ। ਉਹ ਵੀ ਦੁਖੀ ਨੇ, ਉਹ ਵੀ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਨੇ। ਆਪਾਂ ਉਹਨਾਂ ਦੇ ਜਾ ਨਾਲ ਨਹੀਂ ਤੁਰ ਸਕਦੇ, ਆਪਾਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ ਸਕਦੇ ਹਾਂ। ਸੋ ਮੈਂ ਇਹ ਕਹਿੰਦਾ ਵੀ ਕੱਲ੍ਹ ਨੂੰ ਉਹਨਾਂ ਭਰਾਵਾਂ ਨੇ ਵੀ ਇੱਥੇ ਹੀ ਪ੍ਰੋਟੈਸਟ ਕਰਨਾ, ਮੋਦੀ ਦੇ ਖਿਲਾਫ ਹੀ ਕਰਨਾ। ਜਿਹੜਾ ਵੀਰ ਭਰਾ ਰੋਮਾਂ ਦਾ ਉਹਨਾਂ ਦੇ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜ ਸਕਦਾ ਉਹ ਖੜੋ, ਕਿਉਂਕਿ ਹੁਣ ਉਹ ਲੋਕ ਆਪਣੇ ਨਾਲ ਖੜਦੇ ਪਏ ਨੇ। ਸੋ ਜਿੰਨੀ ਵੀ ਸੰਗਤ ਦੂਰੋਂ ਦੂਰੋਂ ਆਈ ਹੈ ਉਹਨਾਂ ਨੂੰ ਇੱਕ ਬੇਨਤੀ ਹੈ ਵੀ ਉੱਥੇ ਲੰਗਰ ਲੱਗਾ ਹੋਇਆ ਗੁਰਦੁਆਰਾ ਸਾਹਿਬ ਵਿੱਚੋਂ ਆਇਆ ਹੋਇਆ, ਇੱਥੋਂ ਦੀ ਗੁਰਦੁਆਰਾ ਜਥੇਬੰਦੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ, ਜਿਨ੍ਹਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ, ਘੱਟ ਤੋਂ ਘੱਟ ਇੰਨੀ ਦੂਰੋਂ ਆਇਆ ਨੂੰ ਸਾਨੂੰ ਲੰਗਰ ਦਿੱਤਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਲੰਗਰ ਆਇਆ। ਜਿਹੜੇ ਵੀ ਭਰਾ ਆਏ ਲੰਗਰ ਜ਼ਰੂਰ ਛੱਕ ਕੇ ਜਾਇਓ, ਅਤੇ ਸਾਰੇ ਭਰਾਵਾਂ ਦਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਜੋ ਭਾਈ ਸਾਹਿਬ ਜਾਰਾ ਸਿੰਘ ਜੀ ਆਏ ਆ ਇਹ ਸਾਡੇ